ਤੇਰੇ ਨਾਂ ਦਾ ਚਾਨਣ ਨਾ ਹੋਵੇ ਸਾਡਾ ਨੇਕ ਸਿਤਾਰਾ ਨਹੀਂ ਹੁੰਦਾ। ਤੇਰਾ ਦੁਸ਼ਮਣ ਜੋ 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 ਵੀ ਹੈ ਸਾਕੂ ਹਰ ਗੱਲ ਪਿਆਰਾ ਨਹੀਂ ਹੁੰਦਾ। ਜਬਰੀਲ ਜਾਏ ਮਜਲਸ ਵਿੱਚ ਇਹ ਗੱਲ ਮੌਲਾ ਨੂੰ ਦੱਸ ਦੇਵੀ ਹੋਣਾ ਵੀ ਜਾ ਚਾ ਨਸ ਕਰੀਦਾ ਤੇਰੇ ਬਾਅਦ ਗੁਜ਼ਾਰਾ ਨਹੀਂ ਹੋਣਾ। ਤੁਹਾਡੀਆਂ ਜ਼ਿੰਦਗੀਆਂ ਮੈਂ ਰਾਜ਼ੀ ਹੋ ਗਿਆ, ਬੜਾ ਸੋਹਣਾ ਮੇਰੇ ਸਮਾਂ ਹੈ ਜ਼ਿੰਦਗੀਆਂ ਹੋਏ। 4-17 ਜਨਾਬ ਦੇ ਹੋਰ ਹਵਾਲੇ ਕਰਨਾ ਚਾਹਦਾ, ਉਸਦੇ ਬਾਅਦ ਮੈਂ 12 ਇਮਾਮ ਸੁਣਾਉਣੇ ਨੇ ਅਤੇ ਮੁਨਫਰਦ ਅੰਦਾਜ਼ ਨਾਲ ਸੁਣਾਉਣੇ ਨੇ। ਤੁਸੀਂ ਸਲਵਾਤ ਇਵੇਂ ਪੜ੍ਹੋ ਜਿਵੇਂ ਲਾਇਕ ਏ ਸਲਵਾਤ ਹੈ। ਕੁਨ ਕਹਿ ਕੇ ਅੱਲਾਹ ਬਣਾਈ ਦੁਨੀਆ, ਇਸ ਕੁਨ ਵਿੱਚ ਕਿਤੇ ਕੋਈ ਰੌਲਾ ਤੇ ਨਹੀਂ। ਜਿਹਨੂੰ ਜ਼ੁਬਾਨ ਮੌਲਾ ਦੀ ਦਿੱਤੀ ਹੁਣੇ ਲੰਗਰ ਕੀਤਾ, ਜਿਹਦਾ ਖਾਈ ਉਹਦਾ ਗਾਣਾ ਚਾਹੀਦਾ ਹੈ। ਕੁਨ ਕਹਿ ਕੇ ਅੱਲਾਹ ਬਣਾਈ ਦੁਨੀਆ, ਇਸ ਕੁਨ ਵਿੱਚ ਕਿਤੇ ਕੋਈ ਰੌਲਾ ਤੇ ਨਹੀਂ। ਜਾਂ ਕੁਨ ਆਖਿਆ ਜ਼ਰਾ ਸੋਚ ਤਾਂ ਸਹੀ, ਉਹ ਵਜ਼ਨ ਵਿੱਚੋਂ ਕਿਤੇ ਹੌਲਾ ਤੇ ਨਹੀਂ। ਆਹਾ ਵਾਹ ਬਈ ਵਾਹ, ਵਾਹ ਬਈ ਵਾਹ, ਤੁਹਾਡੀਆਂ ਜ਼ਿੰਦਗੀਆਂ ਬਣੇ। ਜੈ ਕੁਨ ਆਖਿਆ ਜ਼ਰਾ ਸੋਚ ਤਾਂ ਸਹੀ, ਉਹ ਵਜ਼ਨ ਵਿੱਚੋਂ ਕਿਤੇ ਹੌਲਾ ਤੇ ਨਹੀਂ। ਤੇ ਮੈਂ ਸੁਣੇ ਉਹਦੀ ਜ਼ੁਬਾਨ ਕੋਈ ਨਹੀਂ, ਇਸ ਗੱਲ ਵਿੱਚ ਵੀ ਕਿਤੇ ਕੋਈ ਰੌਲਾ ਤੇ ਨਹੀਂ। ਜਾਗਣਾ ਜਾਗਣਾ, ਤੁਸੀਂ ਵੇਖਣਾ ਮੇਰੇ ਪਾਸੇ ਵੇ, ਇਸ ਗੱਲ ਵਿੱਚ ਵੀ ਕਿਤੇ ਕੋਈ ਰੌਲਾ ਤੇ ਨਹੀਂ। ਤੇ ਆਗਾ ਜਿਸ ਜ਼ੁਬਾਨ ਨੇ ਕੁਨ ਆਖਿਆ ਕਿਤੇ ਮੋਮਨਾ ਦਾ ਨੀ ਮੌਲਾ ਤੇ ਨਹੀਂ। ਤੁਸਾਂ ਨਾਰਾ ਸੁਣਾਓ ਤੇ ਮੈਂ 12 ਇਮਾਮ ਸੁਣਾਵਾਂ ਇਹਦੇ ਜਿਵੇਂ 12 ਬੁਲੰਦ ਨੇ, ਇਵੇਂ ਬੁਲੰਦ ਆਵਾਜ਼ ਨਾਲ, ਉੱਚੀ ਆਵਾਜ਼ ਨਾਲ, ਹਾਏਦਰੀ ਜਗਨਾ ਜਗਨਾ ਖਸੂਸੀ ਤੋਂ ਜਾਵਾਂਗਾ ਵਖਾ ਤਮ ਨਬੀ ਤੁਹਾਡੀਆਂ ਜ਼ਿੰਦਗੀਆਂ ਮਨ। ਜੇਕਰ ਮੈਂ ਵੀ ਮਿੰਬਰ ਤੇ ਰੱਖਣਾ ਹੈ ਸੁਣਨਾ, ਤੁਸਾਂ ਵੀ ਇਹਦੇ ਰਸਤੇ ਬਹਿ ਕੇ ਵੱਲ ਸਾਰਿਲ ਜਾਫਰੀਆ ਵੱਲ ਮਿਲਕਾ ਰਮੀਆ ਵੱਲ
ਲਹੂ ਜੇ ਚੜਦਾ ਨਬੀਆ। ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭਾਈ ਵਾਹ, ਵੱਡ ਗਿਆ ਜ਼ਿੰਦਗੀਆਂ ਹੁਣ ਵਜੂ ਦੇ ਤਕਵੀਆ। ਹੁਣ ਖਸੂਸੀ ਤਵਜੋ ਚਾਹਾਂਗਾ ਨਿਆਜ਼ ਮੌਲਾ। ਵਜੂ ਦੇ ਤਕਵੀਆ ਵਨਕਾ ਵਤਨ ਕਵੀਆ ਵਲ ਹੈ ਬਤਲ ਅਸ਼ਕਰੀਆ ਵਲ ਗੈ ਬਤਲ ਲਿਲਾਇਆ ਤਿਲ ਕਾਇਮ ਬਿਮਰਿਲਾ ਅਜ਼ਲ ਸੇ ਅਕਲ ਕਾ ਅੰਧਾ ਅਲੀ ਮੌਲਾ ਕੋ ਕਿਆ ਜਾਣੇ। ਓਏ ਹੋਏ ਹੋਏ, ਉਹ ਤੁਹਾਡੀਆਂ ਜ਼ਿੰਦਗੀਆਂ ਹੋਣੀਆਂ, ਤੁਹਾਡੀਆਂ ਜ਼ਿੰਦਗੀਆਂ ਮਨ ਤੁਹਾਡੇ ਮਿਆਰ ਸਮਾਤ ਨੂੰ ਕਢਾਉਣਾ ਸਲਾਮ ਨੇ। ਅਲਨ ਸੇ ਅਕਲ ਕਾਇੰਦਾ ਅਲੀ ਮੌਲਾ ਕੋ ਕਿਆ ਜਾਣੇ ਕੇ ਖੁਸ਼ਬੂ ਕਾ ਮਕਾਮ ਮਰਤਬਾ ਮੌਜੇ ਸਭਾ ਜਾਣੇ। ਤਵਜੋ ਹੈ ਜਨਾਬ ਦੀ। ਔਰ ਯਹੀ ਇੱਕ ਬਾਤ ਆਪਣੇ ਦਿਲ ਕੇ ਸਮਝਾਣੇ ਕੋ ਕਾਫੀ ਹੈ ਖੁਦਾ ਕਿਆ ਹੈ ਅਲੀ ਜਾਣੇ ਅਲੀ ਕਿਆ ਹੈ ਖੁਦਾ ਜਾਣੇ। ਨਾਦਾ ਮੇਰਾ ਹੱਕ ਬਣਦਾ ਹੈ ਜਿਹਨੂੰ ਮਾਨ ਵਾਲਾ ਜੀ ਕਾਢੀਆਂ ਜ਼ਿੰਦਗੀ। ਲਓ ਜੀ ਯਾਰ ਰਸੂਲ ਅੱਲਾ ਸਾਰੇ ਹਾਏ ਚਾਰ ਸਤਰਾ ਹੋਰ ਸੁਣਾ ਜਨਾ ਸਾਰਿਆਂ ਦਾ ਰਾਜਾ ਹੈ। ਮੇਰੀ ਅੱਲੇ ਮੈਂ ਕਰਿਆ ਦਰਜਾ ਆਪਣੇ ਦੁਨੀਆਂ ਸੇ ਮਨਵਾ ਕੇ ਛੋੜੇ ਹੈ। ਦਰਜਾਦ ਕਹਿ ਮਨਵਾਏ ਕਿੱਥੇ ਮਨਵਾਏ ਤੇ ਕਿਹੜੀ ਜਾਹ ਤੇ ਮਨਵਾਏ। ਹਜ਼ਰਤ ਆਦਮ ਜੰਨਤ ਤੇ ਚਹਿਲ ਕਦਮੀ ਕਰਨ ਨੇ ਹਜ਼ਰਤ ਆਦਮ ਇਵੇਂ ਖਾਲਕ ਦੇ ਮੁਖਾਤਬ ਹੋ ਕੇ ਆਉਂਦੇ ਨੇ ਮੇਰੇ ਕੱਪੜੇ ਤੇ ਲਵਾ ਲੈ ਨਹੀਂ ਤੇ ਜਿਹੜੇ ਤੇਰੇ ਪਿਆਰੇ ਨੇ ਉਹ ਤੇ ਕਿਸੇ ਦਾ ਲੱਥਾ ਪਾਉਂਦੇ ਹੀ ਨੇ। ਆਏ ਹੈ ਨਾਲੇ ਤੂੰ ਸਹੀ ਆਖਿਆ ਜੰਤੀ ਕਾਨੂੰਨ ਵਿੱਚ ਫਰਕ ਹੁੰਦਾ ਹੈ ਜੰਤੀ ਸ਼ਹਿ ਬਾਹਰ ਨਹੀਂ ਜਾ ਸਕਦੀ। ਉਹ ਕਾਨੂੰਨ ਕਿੱਧਰ ਗਿਆ ਬਾਹ ਨਪਲੇ ਜਬਰੀਲ ਦੀ ਜਬਰੀਲ ਤੂੰ ਜਾ ਆਦਮ ਗੱਲ ਸੁਣਾ ਤੇ ਪਤਾ ਲੱਗੇ ਉਹ ਮਾਲਕ ਨੇ ਤੂੰ ਨੌਕਰੇ ਭਾਵੇਂ ਇੱਥੇ ਮੰਗਾ ਲੈਣ ਤੇ ਭਾਵੇਂ ਉੱਥੇ ਪਾ ਲੈਣ ਉਹਨਾਂ ਦੀ ਮਰਜ਼ੀ ਦੀ ਗੱਲ ਹੈ। ਆਏ ਹੈ ਮੇਰੀ ਅਰਜ਼ੇ ਮੈਂ ਕਰਿਆ ਦਰਜਾ ਆਪਣੇ ਦੁਨੀਆ ਸੇ ਮਨਵਾ ਕੇ ਛੋੜੇ ਹੈ ਮੁਮਕਿਨ ਨਾ ਥੇ ਜੋ ਕਾਮ ਉਹ ਕਰਵਾ ਕੇ ਜਗਣਾ ਛੋੜੇ ਹੈ ਔਰ ਜੋ ਛੀਨ ਗਏ ਕਪੜੇ ਜੋ ਆਦਮ ਕੇ ਖੁਲਦ ਮੇ ਹਸਨੈਨ ਨੇ ਜ਼ਮੀਨ ਪਰ ਮੰਗਵਾ ਕੇ ਛੋੜੇ। ਆਏ ਲਓ ਜੀ ਕਸੀਦਾ ਟਾਈਮ ਨੂੰ ਮੰਦੇ ਨਜ਼ਰ ਰੱਖਦੇ ਹੋਏ ਸੋਹਣਾ ਜਿਹਾ ਸੁਣਾ ਲੱਗਾ ਸੱਯਦ ਬਾਦਸ਼ਾਹ ਲੈ ਕੇ ਬਾਦਸ਼ਾਹਾਂ ਤੋਂ ਅਤੇ ਸੁਣਾਉਣਾ ਇਮਾਮ ਹੁਸੈਨ ਬਾਦਸ਼ਾਹ ਦੀ ਸ਼ਾਨ ਦਾ। ਸਾਡੇ ਸੀਨੀਅਰ ਸਾਡੇ ਬਜ਼ੁਰਗ ਤਸ਼ਰੀਫ ਫਰਮਾ ਨੇ ਉਹਨਾਂ ਦੀ ਦੁਆ ਦੀ ਇਹ ਅਸਰ ਹੈ। ਸਲਵਾਤੇ ਮੈਂ ਪੜ੍ਹੋ ਜਿਵੇਂ ਲਾਇਕ ਕੇ ਸਲਵਾਤੇ ਦੋਨਾਂ ਕਿਹੜਾ ਕਰਨਾ। ਅੱਛਾ ਜੀ ਹੁਸੈਨ ਜੀ ਸੱਯਦ ਬਾਦਸ਼ਾਹ ਤਸ਼ਰੀਫ ਜੀ ਬਿਸਮਿਲ੍ਲਾ ਸਲਵਾਤ ਉੱਚੀ ਆਵਾਜ਼ ਨਾਲ ਪੜ੍ਹ ਕਸੀਦਾ ਬਿਲਕੁਲ ਨਵਾਂ ਮੁਰਸ਼ਦ ਬਿਲਕੁਲ ਨਵਾਂ ਕਲਾਮ ਜਨਾਬ ਦੀ ਨਜ਼ਰ ਕਰਨ ਲੱਗਾ। ਕਰੀਮ ਇਬਨੇ ਕਰੀਮ ਏ ਹੁਸੈਨ ਬਾਦਸ਼ਾਹ ਹੁਸੈਨ ਹਸਬ ਦੇ ਲਿਹਾਜ਼ ਨਾਲ ਵੀ ਬੁਲਾਉਂਦੇ ਨਸਬ ਦੇ ਲਿਹਾਜ਼ ਨਾਲ ਵੀ ਬੁਲਾਉਂਦੇ ਜੈਸਾ ਹੁਸੈਨ ਦਾ ਨਾਨਾ ਏ ਇਵੇਂ ਕਿਸੇ ਦਾ ਨਾਨਾ ਨਹੀਂ ਜੈਸੇ ਹੁਸੈਨ ਦੀ ਅੰਮਾ ਦਾ ਹਰਾ ਇਵੇਂ ਕਿਸੇ ਦੀ ਅੰਮਾ ਨਹੀਂ ਹੁਸੈਨ ਹਸਬ ਦੇ ਲਿਹਾਜ਼ ਨਾਲ ਵੀ ਬੁਲਾਉਂਦੇ ਨਸਬ ਦੇ ਲਿਹਾਜ਼ ਨਾਲ ਵੀ ਬੁਲਾਉਂਦੇ ਕਰੀਮ ਇਬਨੇ ਕਰੀਮ ਏ ਹੁਸੈਨ ਬਾਦਸ਼ਾਹ ਨਾ ਨਾਨਕਿਆਂ ਨੇ ਜਦਾਦ ਨੂੰ ਹੱਥ ਲਾਇਆ ਸੀ। ਆਏ ਹਾਏ ਬਾਜ਼ਾਓ ਮਰਮਾ ਹੈ ਨਾ ਦਾਦਕਿਆਂ ਨੇ ਨੂੰ
ਲਾਇਆ ਸੋ ਆਪਣੀ ਇੰਨੀ ਬਣਾਈ, ਅਗਲੇ ਵੀ ਹੁਸੈਨ ਦਾ ਪਖਾਣ, ਪਿਛਲੇ ਵੀ ਹੁਸੈਨ। ਤੇ ਤੁਸਾਂ ਨਾਰਾ ਸੁਣਾਓ, ਮੈਂ ਜਨਾਬ ਨੂੰ ਕਸੀਦਾ ਸੁਣਾਉਂਦਾ। ਸੋਦੀਆਂ ਦਾ ਦਰਾਂ ਸਪੀਕਰ ਚਲਾਇਆ ਜੇ ਪਿੱਛੋਂ, ਮੈਕ ਦਰਾਂ ਚਲਾਓ, ਸਲਵਾਤ ਉੱਚੀ ਆਵਾਜ਼ ਨਾਲ ਪੜ੍ਹਦਾ। ਸ਼ੌਕੇ ਬਹਿਸ਼ਤ ਹੈ ਤੋ ਵਸੀਲਾ ਤਲਾਸ਼ ਕਰ, ਆਏਗਾ ਕਾਮ ਸਿਰਫ ਵਸੀਲਾ। ਬਾਜੀ ਹੁਸੈਨ ਕਾ ਨਾਨਾ ਕੋ, ਮਾਂ ਕੋ, ਬਾਪ ਕੋ, ਭਾਈ ਕੋ ਦੇਖ ਲੋ, ਮਾਲਕ ਬਹਿਸ਼ਤ ਕਾ ਹੈ ਕਬੀਲਾ ਹੁਸੈਨ ਕਾ। ਹਾਂ ਦੁਨਾ ਰੁਤਬਾ ਤੋ ਮੈਂ ਜੀ ਗੱਲ ਵੱਡੀ ਕਰ ਛੜੀ ਹੈ। ਦੂਨਾ ਰੁਤਬਾ ਤੋਂ ਮੈਂ ਜ਼ਮੀਨੇ ਕਰਬਲਾ ਤੇ ਹੁਸੈਨ ਬਾਦਸ਼ਾਹ ਦਾ ਕਦਮ ਆਇਆ, ਇਸ ਜ਼ਮੀਨ ਨੂੰ ਤਕਦੀਰ ਦੇ ਲੱਭ ਲੱਗ ਗਏ। ਅਦੀ ਹੁਸੈਨ ਬੜੇ ਨਬੀ ਆਏ, ਬੜੇ ਵਲੀ ਆਏ, ਔਲੀ ਆਏ, ਔਸੀ ਆਏ, ਮੈਨੂੰ ਆਬਾਦ ਨਹੀਂ ਕਰ ਸਕਦੇ। ਕਿਆ ਮੈਂ ਇਤਨੀ ਬੰਜਰ? ਮੇਰੇ ਆਕਾ ਦਾ ਵਾਦਾ ਹੈ ਤੂੰ ਇਤਨੀ ਬੰਜਰ ਨਹੀਂ ਜਿੱਡਾ ਵੱਡਾ ਮੈਂ ਹੁਸੈਨ ਕਰੀਮ ਦੇ ਲਜਬਾ। ਹੁਸੈਨ ਬਾਦਸ਼ਾਹ ਇਸ ਜ਼ਮੀਨ ਦੇ ਪਾਸ ਡੇ ਕੇ ਬਾਅਦ ਲੈ ਕੇ ਆਉਂਦੇ ਨੇ, ਮੈਂ ਬਣਾ ਦੂੰਗਾ। ਉਹ ਜਾਗਦਾ ਬੈਠਾ ਜਾਂ ਕੋਈ ਨਾ, ਤੇਰੀ ਮਿੱਟੀ ਮੈਂ ਰੱਖ ਸ਼ਿਫਾ ਕਸੀਦਾ ਸ਼ੁਰੂ ਕਰਨ ਦਾ ਕੋਈ ਮਕਸਦ ਨਹੀਂ। ਬਸ ਉਹ ਮਜਮਾ ਕਦੀ ਵੀ ਮਜਮਾ ਅਦਬ ਨਵਾਜ਼ ਸੁਖਣ ਥੈਨ ਲੋਕ ਤਸ਼ਰੀਫ ਨਾ ਸੁਣਾਈਏ ਜੀ ਸ਼ੇਰ। ਇਹ ਤਸ਼ਰੀਫ ਤੋਜ਼ੀ ਦੀ ਜ਼ਰੂਰਤ ਨਹੀਂ, ਡਾਇਰੈਕਟ ਸ਼ੇਰ ਜਨਾਬ ਦੀ ਨਜ਼ਰ ਕਰਨਾ ਚਾਹੁੰਦਾ। ਬਹਿਣਾ ਵੀ ਕਿਸੇ ਬਾਦੇ ਸ਼ੁਮਾਰ ਦੇ ਨਹੀਂ ਨਾ, ਫਰਸ਼ ਪੇ ਜੋ ਨਬੀ ਬੁਲਾਤਾ ਹੈ, ਮੇਰਾ ਸਜਦਾ ਨਾ ਦੇਖਨੇ ਆਏ ਖੁਦ ਅੱਲਾ ਤੋ ਮੈਂ ਹੁਸੈਨ। ਓਏ ਹੋਏ 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 ਹੋਏ, ਤੇਰੀਆਂ ਜ਼ਿੰਦਗੀਆਂ ਬਣ ਯਾਰ, ਜੰਨਤ ਦਾ ਮਾਹੌਲ ਬਣ ਗਿਆ ਬੜਾ ਸੋਹਣਾ। ਸਲਵਾਤ ਉੱਚੀ ਆਵਾਜ਼ ਨਾਲ ਪੜ੍ਹ ਲਓ। ਬੜੀ ਜਲਦੀ ਦੇ ਨਾਲ ਮੇਰਾ ਦਿਲ ਬਣ ਗਿਆ ਕਿ ਅਗਲੇ ਕਸੀਦੇ ਦਾ ਇੱਕ ਸ਼ੇਰ ਸੁਣਾ ਕੇ ਬਾਵੇ ਹਰਾਂ ਨੂੰ ਟਾਈਮ ਦਈਏ, ਦਾਮਨੇ ਵਕਤ ਵਿੱਚ ਗੁਰਬਤ ਹੈ। ਸਲਵਾਤ ਉੱਚੀ ਆਵਾਜ਼ ਨਾਲ ਪੜ੍ਹ ਲਓ। ਬੜੇ ਬੜੇ ਗੁਲਾਮ ਗੁਜ਼ਰੇ ਮੌਲਾ ਦੇ,
ਤੇ ਚੰਦ ਗੁਲਾਮਾਂ ਦਾ ਨਾਮ ਸ਼ਾਮਿਲ ਲੱਗਣਾ ਤੇ ਲੁਤਫ ਲੈਣਾ ਜੇ ਨਵੀਂ ਜੀ ਗੱਲ ਏ ਨਵੇਂ ਇਕਲੀ ਜਿਹੀ ਤੇ ਖਸੂਸੀ ਤਵਜੋ ਚਾਹਾਂਗਾ। ਮੈਂ ਤੋ ਪੰਜ ਤਨ ਕਾ ਗੁਲਾਮ ਹੋ, 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 ਮੈਂ ਤੋ ਪੰਜ ਤਵਜੋ ਕਾ ਗੁਲਾਮ ਹੋ। ਤੇ ਗੱਲ ਕਿਹੜੀ, ਮੈਂ ਕਾ ਗੁਲਾਮ ਹੂੰ, ਮੈਂ ਗੁਲਾਮ ਇਬਨੇ ਗੁਲਾਮ ਹੂੰ, ਮੈਂ ਤੋ ਪੰਜ ਤਨ ਕਾ ਗੁਲਾਮ ਹੂੰ। ਪੂਰੀ ਤਵਜੋ ਨਾਲ ਨਾ ਬਾਬਾ ਦਿੱਲੀ ਦਾ ਦਿਆ, ਮੈਂ ਤੋ ਪੰਜ ਤਨ ਕਾ ਗੁਲਾਮ ਹੂੰ। ਪੂਰੀ ਤਵਜੋ ਨਾਲ, ਸਜਦੇ ਤੁਹਾਡੀਆਂ ਜ਼ਿੰਦਗੀਆਂ ਹੋਵੇ ਨਾ, ਗੱਲ ਮੁੱਕੀ ਨਹੀਂ। ਅਗਲੀ ਗੱਲ ਇਸ ਤੋਂ ਵੀ ਪਿਆਰੀ, ਖਾਸ ਖਾਸ ਖਬਰਾਂ ਦਾ ਖੁਲਾਸਾ ਜੀ ਜਿਸ ਮਕਾਮ ਤੇ ਬੈਠੇ ਹੋ, ਪੂਰੀ ਤਵਜੋ ਨਾਲ ਹੈ। ਮੁਝੇ ਮੁਲਤਵਾ ਪੇ ਵੋ ਨਾਜ਼ ਹੈ, ਮੀ ਸਮ ਕੀ ਜਾਰੀ ਨਿਮਾਜ਼ ਹੈ, ਸੂਲੀ ਪੇ ਹੱਸ ਕੇ ਯੇ ਕਹਿ ਰਹਾ ਮੈਂ ਤੋ ਪੰਜ ਤਨ ਕਾ। ਆਖਰੀ ਸ਼ੇਰ ਤੇ ਮੈਂ ਮਿੰਬਰ ਸ਼ਾਹ ਸਾਹਿਬ ਦੇ ਹਵਾਲੇ ਕਰਨ ਲੱਗਾ। ਮਾਤਮੀ ਕੇ ਖੂਨ ਕੀ ਬਾਤ ਨਹੀਂ, ਅਗਰ ਦੂਸਰਾ ਖੂਨ ਹੋ ਤੋ ਨਿਮਾਜ਼ ਨਹੀਂ। ਤੁਹਾਡੀਆਂ ਜ਼ਿੰਦਗੀਆਂ ਪੂਰੀ ਤਵਜੋ ਨਾਲ, ਇਸ਼ਕ ਦੀ ਨਿਮਾਜ਼ ਅਲਹਮਦੁਲਿਲਾ। ਮਾਤਮੀ ਮੀਆਂ ਤੇ ਜ਼ੰਜੀਰ ਜ਼ਨ ਮੀਆਂ ਜ਼ਾਕਰ ਮੀਆਂ, ਪੂਰੀ ਤਵਜੋ ਨਾਲ। ਮੈਂ ਹੂੰ ਮਾਤਮੀ ਮੁਝੇ ਨਾਲ ਹੈ, ਹੁਣ ਖਸੂਸੀ ਤਵੱਜੋ, ਪੂਰਾ ਕਸੀਦਾ ਇੱਕ ਪਾਸੇ ਸ਼ੇਰ ਇੱਕ ਪਾਸੇ, ਹੁਣ ਤੋਂ ਲੈ ਕੇ ਕੱਲ ਤੱਕ ਵੀ ਦਾਤ ਦਿੰਦੇ ਰਹੋ ਤੇ ਥੋੜੀ ਏ, ਮੈਂ ਛੱਡ ਲਗਾ ਮੈਂਬਰ। ਮੈਂ ਹੂੰ ਮਾਤਮੀ ਮੁਝੇ ਨਾਲ ਹੈ, ਜ਼ੰਜੀਰ ਮੇਰੀ ਨਿਮਾਜ਼ ਹੈ, ਮੈਨੇ ਕਮਰ ਪੇ ਯੇ ਲਿਖ ਦਿਆ ਮੈਂ ਤੋ ਪੰਜ ਤਨ ਕਾ ਗੁਲਾਮ। ਓਏ ਹੋਏ 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 ਹੋਏ, ਤੁਹਾਡੀਆਂ ਜ਼ਿੰਦਗੀਆਂ ਹੋਣ ਹੋ ਗਿਆ ਮੇਰੇ ਹਿੱਸੇ ਦਾ ਫਜ਼ਾਇਲ। ਆਬਾਦ ਕਿਸ ਤਰ੍ਹਾਂ ਸੇ ਯੇ ਸਹਨੇ ਫਾਤਮੀ ਹੁਆ, ਇੱਕੋ ਪੰਧ ਪੜ੍ਹਨਾ ਹੈ। ਮੈਂ ਹੁਸੈਨ ਦੀ ਉਹ ਦੀ ਦਾ ਮੁਸਾਹਿਬ ਪੜ੍ਹਨ ਲੱਗਾ, ਜਿੱਦਾਂ ਕਰਬਲਾ ਤੋਂ ਲੈ ਕੇ ਸ਼ਾਮ ਤਾਈਂ ਰੁਖਸਾਰਾਂ ਦਾ ਰੰਗ ਤਬਦੀਲ। ਹਾਏ ਹਾਏ ਜ਼ਰੂਰ ਕੀਤਾ ਕਰ ਜ਼ਿੰਦਾ ਪੜਿਆ ਜ਼ਿੰਦਾਨ ਦੇ ਦਰ ਤੇ ਰਤ ਰੋ ਕੇ, ਉਹ ਖੜਾਇਆ ਦੇ ਪੀਰ ਸਜਾ ਦੇ, ਉਹ ਮਰ ਬਹਿਣ ਗਈਆ ਪਰਦੇਸ ਦੇ ਵਿੱਚ।
ਬਾਬਾ ਜੀ ਕਰੋ ਹੱਥ ਮੈਂਡੇ ਆਜ਼ਾਦ ਸੈਯਦਾ ਦੇ ਡੇ ਬੋਦੇ ਸਦਾ ਨਾ ਯੋਗ ਕਰੇ ਸਾ ਮੈਂ ਭੈਣ ਦੇ ਦਫਨ ਦੇ ਹਾਏ ਮੈਂ ਸਰ ਕੇ ਹੋ ਜਾਵਾਂ ਯਾਰ ਹਾਏ ਤੇ ਤੇਰੇ ਵਾਸਤੇ ਤੇ ਮੈਂ ਤੇਨ ਪੜਦਾ ਰਹਿਣਾ ਕੈਦੀ ਬਿਲਾ ਦੇ ਸਾਹਮਣੇ ਕੈਦਨ ਭੈਣ ਮਰ ਗਈ ਔਖੀ ਗੱਲ ਜਨਾਬੇ ਫਿਰਦਾ ਪਰਦੇ ਦੇ ਅੰਦਰੋਂ ਜਨਾਬੇ ਸੱਜਾਦ ਪਰਦੇ ਦੇ ਬਾਹਰੋਂ ਡੁੱਖਾ ਵੈਣ ਕਰਕੇ ਆਂਦੀ ਏ ਵੇ ਸੱਜਾਦ ਹੁਣ ਤੇ ਡੁੱਗੇ ਕੰਨਾਂ ਲਈ ਭੈਣ ਹੀ ਮਰ ਗਈ ਆਵੇ ਹੁਣ ਕਿਉਂ ਰੱਤ ਬੰਦਾ ਰੋਂਦਾ ਆਂਦਾ ਰੋਂਦਾ ਨਹੀਂ ਰੋਂਦਾ ਇਸ ਵਾਸਤੇ ਆ ਜਦਾਂ ਕੋਈ ਮਰ ਜਾਵੇ ਮੈਂ ਤਿਆਰ ਕਰਨ ਤੇ ਇਤਨੀ ਦੇਰ ਤਾਂ ਨਹੀਂ ਲੱਗਦੀ ਆਦੀ ਸੱਜਾਦ ਮੈਂ ਜਾਣਦੀ ਆ ਇਤਨੀ ਦੇਰ ਨਹੀਂ ਲੱਗਦੀ ਪਰ ਮਗਰ ਮੇਰੀ ਮਜਬੂਰੀ ਏ ਆਦਾ ਦਾਦੀ ਕਿਹੜੀ ਮਜਬੂਰੀ ਬਣ ਗਈ ਆ ਉਸਨੇ ਬੀਬੀ ਆਦੀ ਏ ਜ਼ੰਜੀਰ ਨਹੀਂ ਲਾਹਦੇ ਬੈਰ ਤੜੀ ਦੇ ਹਾਏ ਉਹ ਮੈਡਾ ਕਹਿਦੀ ਪੁੱਤਰ ਸੱਜਾਦ ਉਹ ਜ਼ੰਜੀਰ ਪਾਵਾ ਸਿਨ ਹੱਡੀਆਂ ਵਿੱਚ ਉਹ ਬਦਤੀ ਗਏ ਜ਼ਖਮਾਂ ਖੁਸ਼ਬੂਏ ਖੁਲ ਦਬ ਗਈ ਖਾਕੇ ਸ਼ਿਫਾ ਕੇ ਬਾਅਦ ਖੁਸ਼ਬੂਏ ਖੁਲਦ ਦਬ ਗਈ ਖਾਕੇ ਸ਼ਿਫਾ ਕੇ ਬਾਅਦ ਜੰਨਤ ਕਾ ਨਾਮ ਆਨੇ ਲਗਾ ਕਰਬਲਾ ਕੇ ਬਾਅਦ ਜੰਨਤ ਕਾ ਨਾਮ ਆਨੇ ਲਗਾ ਕਰਬਲਾ ਕੇ ਬਾਅਦ ਔਰ ਬਾਅਦ ਅਜ਼ ਹੁਸੈਨ ਨਾ ਕੋਈ ਹੁਸੈਨ ਹੈ ਔਰ ਨਾ ਕਰਬਲਾ ਉਸ ਕਰਬਲਾ ਕੇ ਬਾਅਦ ਬਾਅਦ ਅਜ਼ ਹੁਸੈਨ ਨਾ ਕੋਈ ਹੁਸੈਨ ਹੈ ਨਾ ਕਰਬਲਾ ਉਸ ਕਰਬਲਾ ਕੇ ਬਾਅਦ ਹੋਤਾ ਹੁਸੈਨ ਦੁਨੀਆ ਮੇਂ ਗਰ ਦੂਸਰਾ ਕੋਈ 14 ਮੇਂ ਵੀ ਹੁਸੈਨ ਯਕਤਾ ਹੈ ਤਵੱਜੋ ਕਰੇ 14 ਮੇਂ ਵੀ ਹੁਸੈਨ ਏਕ ਹੈ ਹੋਤਾ ਹੁਸੈਨ ਦੁਨੀਆ ਮੇਂ ਗਰ ਦੂਸਰਾ ਕੋਈ ਫਿਰ ਕਰਬਲਾ ਵੀ ਹੋਤੀ ਉਸ ਕਰਬਲਾ ਕੇ ਬਾਅਦ ਅਜ਼ ਖੁਦ ਗਲਤ ਹੈ ਹਜ਼ਰਤ ਜੌਹਰ ਕਾ ਯੇ ਕਹਾ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ ਅਜ਼ ਖੁਦ ਗਲਤ ਹੈ ਅਜ਼ ਖੁਦ ਮੈਂ ਕਹਿ ਰਹਾ ਹੂੰ ਅਜ਼ ਖੁਦ ਗਲਤ ਹੈ ਹਜ਼ਰਤ ਜੌਹਰ ਕਾ ਯੇ ਕਹਾ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ ਤਸਲੀਮ ਰੂਹ ਜੌਹਰ ਮਰਹੂਮ ਯੇ ਕਰੇ ਇਸਲਾਮ ਜ਼ਿੰਦਾ ਹੋ ਚੁਕਾ ਬਸ ਕਰਬਲਾ ਕੇ ਬਾਅਦ ਇਸਲਾਮ ਜ਼ਿੰਦਾ ਹੋ ਚੁਕਾ ਬਸ ਕਰਬਲਾ ਕੇ ਬਾਅਦ ਮੁਲਕ ਪਾਕਿਸਤਾਨ ਕਾ ਅਜ਼ੀਮ ਨਾਮ ਬਹੁਤ ਹਮਾਰੇ ਬਜ਼ੁਰਗ ਮੌਲਾ ਨੇ ਸਲਾਮਤ ਰੱਖੇ ਸਿਹਤ ਅਤਾ ਫਰਮਾਏ ਪਿਛਲੇ ਸਾਲ ਨਹੀਂ ਆ ਸਕੇ ਇਸ ਸਾਲ ਤਸ਼ਰੀਫ ਲਾਏ ਥੋੜ੍ਹੀ ਦੇਰ ਇਹਨੇ ਬੈਠਣਾ ਵੀ ਬੜਾ ਉਸ ਕੇ ਲਈ ਇਨਸੇ ਮਾਜ਼ਰਤ ਸੈਯਦ ਉਸ ਜ਼ਾਕਰੀਨ ਕਿਸੀ ਤਾਰਫ ਕੇ ਮੁਹਤਾਜ ਨਹੀਂ ਬਹਿਰ ਜ਼ਿਕਰ ਮਸਾਹਿਬ ਉਸਤਾਦ ਉਸ ਜ਼ਾਕਰੀਨ ਬਾਬਾ ਜੀ ਸੈਯਦ ਜ਼ੇਗਮ ਅੱਬਾਸ ਆਫਟਿਬਾ ਬੂਟਾ ਸ਼ਾਹ ਖਿਤਾਬ ਫਰਮਾਏਂਗੇ ਜੋ ਲੋਕ ਬਾਹਰ ਤਸ਼ਰੀਫ ਫਰਮਾਇਆ ਉਨਸੇ ਗੁਜ਼ਾਰਿਸ਼ ਹੈ ਕਿ ਤਸ਼ਰੀਫ ਲਏ ਬਿਸਮਿਲ੍ਲਾ ਸੈਯਦ ਨਿਆਜ਼ਮੰਦ ਹੈ ਇਨਕੇ ਸ਼ੁਕਰ ਗੁਜ਼ਾਰ ਹੈ ਮਜਲਿਸ ਪਾਕ ਦੀ ਕਬੂਲੀਅਤ ਵਾਸਤੇ ਸਲਵਾਤ ਬਿਮਾਰ ਮੁਮਿਨ ਮੁਮਿਨਾਤ ਦੀ ਸਿਹਤ ਵਾਸਤੇ ਸਲਵਾਤ
ਹੁਜਤ ਪਾਕ ਵਾਰਿਸ ਜ਼ਮਾਨਾ ਦੀ ਜ਼ਾਤ ਤੇ ਬਲੰਦ ਨਵਾਜ਼ ਨਾਲ ਸਲਾਮ। ਬਸਤੀ ਦੇ ਮੁਮਿਨੀਨ ਮਰਹੂਮੀਨ ਵਾਸਤੇ, ਬਾਨੀਆਂ ਨੇ ਮਜਲਿਸ ਤੇ ਮਰਹੂਮੀਨ ਵਾਸਤੇ ਇੱਕ ਸੂਰਾ ਫਾਤਿਹਾ। ਬਿਸਮਿਲਲਾਹਿ ਰਹਿਮਾਨ ਰਹੀਮ, ਅਲਹਮਦੁਲਿਲਲਾਹਿ ਰੱਬਿਲ ਆਲਮੀਨ, ਰਹਿਮਾਨ ਰਹੀਮ ਮਾਲਿਕ ਯੌਮ ਦੀਨ, ਇਯਾਕਾ ਨਅਬਦੁ ਵਇਯਾਕਾ ਨਸਤਈਨ। ਬਿਸਮਿਲਲਾਹਿ ਰਹਿਮਾਨ ਰਹੀਮ, ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ। ਬਿਸਮਿਲਲਾਹਿ ਰਹਿਮਾਨ ਰਹੀਮ, ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ। ਬਿਸਮਿਲਲਾਹਿ ਰਹਿਮਾਨ ਰਹੀਮ, ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ। ਯਾ ਰੱਬਾ ਮੁਹੰਮਦ ਮਾਲ ਮੁਹੰਮਦ, ਸੱਲੇ ਅਲਾ ਮੁਹੰਮਦ ਮਾਲ ਮੁਹੰਮਦ, ਵਾਜਿਲ ਫਰਜਾ ਆਲ ਮੁਹੰਮਦ। ਬਹੁਤ ਸੋਹਣੀ ਸਲਵਾਤ। ਜਿਹੜੇ ਸੋਹਣੇ ਵਾਰਿਸ ਹੈਨ, ਇਹਦੀ ਸੋਹਣੀ ਸਲਵਾਤ। ਸਲਵਾਤ ਇੰਝ ਪੜੋ, ਗੁਨਾਹ ਮਾਫ ਹੋਣ।